ਸਪੋਰਟਸ ਨਹੀਂ ਹੁੰਦਾ। ਆ ਦੇਖੋ ਅੱਧ ਵਿਚਾਲੇ ਕੰਮ ਛੱਡੇ ਸਾਡੇ ਦਿਹਾੜੀਏ ਨੇ। ਜੋਂਝੂ ਦਾ ਵਾਕ ਸਾਰਾ ਕੱਟਦਾ ਫਾਈਨਲ ਦਾ ਕਮਰੇਗਾ। ਮੇਰੇ ਵਾਸਤੇ ਨਹੀਂ ਲਈ ਉਹ ਚੱਲ ਗਿਆ ਸੀ ਨਾ ਤੁਹਾਨੂੰ ਦੱਸਿਆ। ਇੰਕੂ ਮਾਨਸਾ ਹਾਈ ਗਾਈਜ਼, ਗੁੱਡ ਮਾਰਨਿੰਗ, ਵੈਲਕਮ ਬੈਕ ਟੂ ਮਾਈ ਨਿਊ ਵਲੌਗ। ਅੱਜ ਦਾ ਵਲੌਗ ਬਹੁਤ ਹੀ ਇੰਟਰਸਟਿੰਗ ਹੋਣ ਵਾਲਾ, ਬਿਕੋਜ਼ ਅੱਜ ਮੇਰੇ ਪਤੀ ਦੇਵ ਕਰਨਗੇ ਘਰ ਦੀ ਸਫਾਈ। ਅੱਜ ਅਸੀਂ ਸਾਰਾ ਅਸੀਂ ਅੱਜ ਦੋਨਾਂ ਨੇ ਛੁੱਟੀ ਕੀਤੀ ਹੈ, ਸੈਲੂਨ 'ਤੇ ਸਾਡਾ ਸਟਾਫ ਹੈਂਡਲ ਕਰ ਰਿਹਾ, ਅਸੀਂ ਘਰ ਹਾਂ ਅੱਜ। ਸੋ ਅੱਜ ਘਰ ਦੇ ਸਾਹਮਣੇ ਬਹੁਤ ਘਾਹ ਹੋਇਆ ਹੋਇਆ, ਕਾਫੀ ਸੈਟਿੰਗ ਕਰਨ ਵਾਲੀ ਆ। ਸੋ ਅਸੀਂ ਅੱਜ ਇਹੀ ਕੁਛ ਕਰਾਂਗੇ ਅਤੇ ਤੁਹਾਨੂੰ ਨਾਲ ਦੀ ਨਾਲ ਦਿਖਾਉਂਦੇ ਰਹਾਂਗੇ ਕਿ ਅਸੀਂ ਕੀ ਕਰਦੇ ਘਰ ਦੇ ਵਿੱਚ। ਆਪਾਂ ਹੀ ਕਰ ਸਕਦੇ ਹਾਂ ਜੋ ਕੁਛ ਵੀ ਹੈਗਾ, ਕਿਸੇ ਨੂੰ ਆਪਾਂ ਇੱਥੇ ਹੋਰ ਤਾਂ ਕੋਈ ਆਪਣੇ ਹੈ ਨਹੀਂ, ਜਾਂ ਕੋਈ ਜਿਵੇਂ ਆਪਾਂ ਕਹਿੰਦੇ ਹਾਂ ਆਪਾਂ ਸਟਾਫ ਰੱਖਿਆ ਹੁੰਦਾ ਜਾਂ ਵਰਕਰ ਰੱਖਿਆ ਹੁੰਦਾ, ਉਹ ਨਹੀਂ। ਆਪਾਂ ਕਹਿੰਦੇ ਹਫ਼ਤੇ ਵਿੱਚ ਬੰਦੇ ਇਨਸਾਨ ਨੂੰ ਆਪਣੇ ਆਪ ਘਰ ਦਾ ਜਿਹੜੀ ਹੈਗੀ ਆ ਉਹ ਮੇਨਟੇਨੈਂਸ ਕਰਨੀ ਚਾਹੀਦੀ ਆ, ਸਫਾਈ ਕਰਨੀ ਚਾਹੀਦੀ ਆ। ਅੱਜ ਅਸੀਂ ਆਪ ਘਰ ਦੇ ਬਾਹਰ ਹੀ ਸਾਡੇ ਇੱਥੇ ਪਲਾਟ 'ਚ ਬਣਿਆ ਤੰਦੂਰ, ਚੁੱਲ੍ਹਾ ਵੀ ਨਾਲ। ਪੱਤੇ ਕਾਹਦੇ ਪਾਏ ਆ ਦੀਦੀ ਵਿੱਚ? ਕੀ ਹੋਇਆ? ਪਤੀ ਦੇਵ ਅੱਜ ਦਿਹਾੜੀ ਕਰ ਰਹੇ ਆ। ਹਾਊ ਇਜ਼ ਯੂਅਰ ਫੀਲਿੰਗ ਪਤੀ ਦੇਵ? ਕੈਂਟ ਗੱਲ ਸੁਣ ਲਓ, ਜੇ ਇੱਕ ਵੀ ਕੁਛ ਰਹਿ ਗਿਆ ਨਾ ਘਾਹ ਜਾਂ ਐਨੀਥਿੰਗ ਤਾਂ ਮੈਂ ਪੈਸੇ ਕੱਟ ਲੂੰਗੀ ਦਿਹਾੜੀ 'ਚੋਂ। ਦੇ ਦਾਂਗੇ 150। 100 ਦਾ ਤੂੰ ਆਪ ਹੈਗਾ? ਕਰ ਦੋ ਯਾਰ ਸਾਰਾ। ਤੋ ਪਤੀ ਦੇਵ ਘਾਹ ਪੱਟ ਰਹੇ ਆ। ਪਤੀ ਦੇਵ ਹਾਊ ਇਜ਼ ਯੂਅਰ ਫੀਲਿੰਗਸ? ਮਿਸਤਰੀਆਂ ਵਾਲੀ? ਨੋ ਨੋ ਨੋ, ਦਿਹਾੜੀਆਂ ਵਾਲੀ। ਜੇ ਕੁਛ ਰਹਿ ਗਿਆ ਨਾ ਇੱਥੇ ਤਾਂ ਮੈਂ ਸਾਰੇ ਪੈਸੇ ਕੱਟ ਲੈਣੇ ਆ। ਅੰਡਰਸਟੂਡ? ਹਾਂਜੀ ਉਹੀ ਕਰਾਵਾਂਗੇ ਦੀਦੀ, ਮਿਸਤਰੀ ਨੂੰ ਆਓ। ਰੋਕਸੀ, ਹੇ ਰੋਕਸੀ, ਰੋਕਸ਼ੂ 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 ਰੋਕਸ਼ੂ, ਦਿਹਾੜੀ 100 ਰੁਪਈਆ ਦੇ ਦੇਣਾ। ਹੋਰ ਸਸਤੀ ਆ, ਬੰਦਾ ਦੇਖ ਕੇ ਦਿਹਾੜੀ ਦੇਈ ਦੀ ਅਸੀਂ। ਹੋਰ ਠੀਕ ਆ ਵੀ, ਅੱਜ ਧੁੱਪ ਨਹੀਂ ਨਿਕਲੀ। ਕੱਟ ਲਓਗੇ ਜਾਂ ਕੈਨ ਆਈ ਹੈਲਪ ਯੂ? ਐਕਸਕਿਊਜ਼ ਮੀ, ਕੈਨ ਆਈ ਹੈਲਪ ਯੂ? ਟਿੰਕੂ ਦੇਖੋ, ਰਮਣੀ ਨੇ ਆਪਣੇ ਪੋਚੇ ਸਿੱਟੇ ਪਏ ਆ, ਬੜਾ ਨੁਕਸਾਨ ਕਰਦਾ ਕੁੱਤਾ ਬੰਦਾ। ਹੋਰ ਚੱਕ ਦੋ ਕੱਕੂ, ਬੜਾ ਭੈੜਾ ਲੱਗ ਰਿਹਾ ਸੀ ਬਾਲਕ। ਆਹ ਦੇਖੋ ਆਹ ਢੱਕਣ ਵੀ ਟੁੱਟ ਗਿਆ ਆਪਣੇ ਇਹਦਾ। ਹਾਏ ਸਰ, ਪਾਣੀ ਲੇਂਗੇ? ਮਾਈ ਸਵੀਟ ਹੋਮ। ਪਤੀ ਦੇਵ ਕਿਆ ਕਰ ਰਹੇ? ਹੈਲੋ, ਐਕਸਕਿਊਜ਼ ਮੀ, ਵਟ ਆਰ ਯੂ ਡੂਇੰਗ? ਹੋ, ਵਟ ਇਜ਼ ਦਿਸ? ਕਿੰਨੀ ਕੈਲਰੀਜ਼ ਖਾ ਰਹੇ ਹੋ ਤੁਸੀਂ? ਉਹ ਵੀ ਪਹਿਲਾਂ ਤੁਹਾਨੂੰ ਗਰਮੀ ਆਈ ਹੋਈ ਹੈ, ਫਿਰ ਤੁਸੀਂ ਆਈਸਕ੍ਰੀਮ ਖਾਣ ਲੱਗ ਗਏ। ਦਿਸ ਇਜ਼ ਨਾਟ ਫੇਅਰ ਟਿੰਕੂ। ਆਹ ਦੇਖੋ ਅੱਧ ਵਿਚਾਲੇ ਕੰਮ ਛੱਡੇ ਸਾਡੇ ਦਿਹਾੜੀਏ ਨੇ। ਜੋਂਝੂ ਦਾ ਵਾਕ ਸਾਰਾ ਕੱਟਦਾ ਫਾਈਨਲ ਦਾ ਕਮਰੇਗਾ। ਮੇਰੇ ਵਾਸਤੇ ਨਹੀਂ ਲਈ ਉਹ ਚੱਲ ਗਿਆ ਸੀ ਨਾ ਤੁਹਾਨੂੰ ਦੱਸਿਓ। ਆਪਾਂ ਖਾਓ ਜਲਦੀ ਦੀ, ਕੰਮ ਖਤਮ ਕਰੋ, ਨਹੀਂ ਮੈਂ ਦਿਹਾੜੀ ਕੱਟ ਲੈਣੀ ਆ। ਅੰਡਰਸਟੂਡ? ਹੋ ਹੋ ਹੋ, ਬਹੁਤ ਗਰਮੀ ਸੀ ਅੱਜ, ਇੰਨਾ ਜ਼ਿਆਦਾ ਘਾਹ ਸੀ ਨਾ, ਅਤੇ ਪੁੱਛੋ ਨਾ, ਹੁਣ ਧੁੱਪ ਵੀ ਨਿਕਲੀ, ਸ਼ੁਕਰ ਆਪਾਂ ਦਿਨੇ ਦਿਨੇ ਕੰਮ ਨਿਬੇੜ ਲਿਆ, ਅਤੇ ਅੱਜ ਘਰ ਯਾਨੀ ਕਿ ਪੂਰਾ ਐਂ ਲੱਗ ਰਿਹਾ ਜਿਵੇਂ ਅੱਜ ਘਰ ਬਣਾਇਆ ਹੁੰਦਾ, ਬਹੁਤ ਵਧੀਆ ਬਣ ਗਿਆ। ਅਤੇ ਅਸੀਂ ਛੁੱਟੀ ਮਾਰਨੀ ਸੀ ਅੱਜ, ਅਤੇ ਛੁੱਟੀ ਤਾਂ ਅੱਜ ਵੱਜ ਸਕੀ ਕਿਉਂਕਿ ਅਮਨ ਕੋਲ ਲਾਈਨ ਤਾਂ ਇਹਦਾ ਫੋਨ ਆ ਗਿਆ, ਆਉਣਾ ਪੈ ਗਿਆ। ਅਤੇ ਅੱਜ ਵਰੁਣ ਦੀ ਨਾਨੀ ਅਤੇ ਵਰੁਣ ਨੇ ਵੀ ਆਉਣਾ ਸੀ, ਉਹਨਾਂ ਦਾ ਫੋਨ ਆਇਆ, ਮੇਰੇ ਖਿਆਲ ਮੈਂ ਪਹੁੰਚ ਗਏ ਹੋਣਗੇ। ਅਤੇ ਬਸ ਅਮਨ ਨਾਲ ਨਿਬੇੜ ਕੇ ਆਪਣਾ ਕੰਮ ਕਰਕੇ ਦੋ ਫਿਰ ਜਾਂਦੇ ਹਾਂ ਘਰ ਮਿਲਦੇ ਉਹਨਾਂ ਨੂੰ। ਅਤੇ
ਬਾਕੀ ਤੁਹਾਨੂੰ ਦਿਖਾਵਾਂਗੇ ਅੱਜ ਬਹੁਤ ਵਧੀਆ ਕਰ ਅੱਜ ਨਾ ਇੰਨਾ ਕੰਮ ਕਰਕੇ ਬਸ ਵੀ ਪਤਾ ਲੱਗ ਰਿਹਾ ਵੀ ਅੱਜ ਕੰਮ ਕੀਤਾ ਇੰਨਾ ਗਰਮੀ ਇੰਨਾ ਪਸੀਨਾ ਨਿਕਲਿਆ ਕਿ ਬਸ ਪੁੱਛੋ ਹੀ ਨਾ ਅਤੇ ਪਰ ਅੱਜ ਹੁਣ ਨਾ ਥਕਾਵਟ ਪੂਰੀ ਹੋਈ ਨੀਂਦ ਦੀ ਨੀਂਦ ਚੜ੍ਹੀ ਜਾਂਦੀ ਹੈ ਬਸ ਵੀ ਹੁਣ ਸੋ ਜਾਈਏ ਕਿਉਂਕਿ ਬਹੁਤ ਮਹੀਨੇ 2 ਮਹੀਨੇ ਬਾਅਦ ਹੀ ਮੇਰੇ ਖਿਆਲ 10 ਮਹੀਨੇ ਬਾਅਦ ਹੀ ਕੰਮ ਕੀਤਾ ਹੋਇਆ ਜਾਂ ਪਹਿਲਾਂ ਜਦੋਂ ਮਲੇਸ਼ੀਆ ਹੁੰਦੇ ਸੀਗੇ ਇੱਥੇ ਬਹੁਤ ਕੰਮ ਕਰਦੇ ਹੁੰਦੇ ਸੀਗੇ ਉਦੋਂ ਤਾਂ ਨਹੀਂ ਲੱਗਦਾ ਹੁੰਦਾ ਸੀ ਅਜਿਹਾ ਕੁਛ ਹੁਣ ਇੰਝ ਲੱਗਦਾ ਵੀ ਇੰਨਾ ਕੰਮ ਕਰ ਲਿਆ ਅੱਟ ਦੁਖੀ ਜਾਂਦੇ ਇੰਨਾ ਦਰਦ ਮੈਂ ਕਹਿੰਦਾ ਉਹ ਲੋਕ ਕਿਵੇਂ ਕੰਮ ਕਰਦੇ ਨੇ ਮਜ਼ਦੂਰ ਆਪਾਂ ਕਹਿ ਦਿੰਦੇ ਹਾਂ ਮਜ਼ਦੂਰਾਂ ਨੂੰ ਕਿਵੇਂ ਕੰਮ ਕਰਦੇ ਨੇ ਵਿਚਾਰੇ ਉਹ ਇੰਨਾ ਧੁੱਪ ਦੇ ਵਿੱਚ ਕਈਆਂ ਚਲਾਈ ਜਾਂਦੇ ਸਾਰਾ ਦਿਨ ਇੱਥੇ 2 ਘੰਟੇ ਮੇਰੇ ਖਿਆਲ ਲੱਗੇ ਨਹੀਂ ਹੈਗੇ 2 ਘੰਟੇ ਦੇ ਵਿੱਚ ਸਾਰਾ ਕੁਛ ਹੋ ਗਿਆ ਬਸ ਵੀ ਟੁੱਟ ਕੇ ਸੋ ਜਾਓ ਤਾਂ ਕੈਂਟ ਆ ਕੇ ਇੱਥੇ ਆਉਣਾ ਪੈ ਗਿਆ ਇਸ ਲਈ ਅਤੇ ਹੁਣ ਜਾਂਦੇ ਹਾਂ ਘਰ ਥੋੜ੍ਹੀ ਦੇਰ ਬਾਅਦ ਆਪਣਾ ਨਾਲੇ ਦਾ ਵਰਨ ਨੂੰ ਮਿਲਦੇ ਹਾਂ ਨਾਲੇ ਨਾਨੀ ਨੂੰ ਦੀਦੀ ਨੂੰ ਮਿਲਦੇ ਹਾਂ ਅਤੇ ਕਿੰਨਾ ਕੁ ਟਾਈਮ ਲੱਗਣਾ ਹੋਰ ਆ ਅਮਨ ਤਾਂ ਆਪਣੇ 2 ਘੰਟੇ ਪਾਰ ਆ ਇੱਥੇ ਅਤੇ ਉਹ ਵੀ ਪਹੁੰਚ ਗਏ ਆ ਹੁਣ ਮੰਮੀ ਅਤੇ ਚੱਲ ਦੇਖਦੇ ਹਾਂ ਮੈਂ ਤਾਂ ਚੱਲਿਆ ਸੀ ਘਰ ਜਾਂ ਫਿਰ 5 ਦਿਨ ਦਾ ਕੰਮ ਹੋ ਗਿਆ ਹੈ ਨਾ ਕੱਲ ਹੀ ਹਾਂ ਚਲ ਆਪਾਂ ਗਰੀਬ ਨਾਲ ਚੱਲ ਜਾਂਦੇ ਹਾਂ ਦੇਖਣ ਘਰ ਵੀ ਫਿਰ ਉਹ ਵੀ ਅੱਜ ਰੋਟੀ ਪਾਣੀ ਮੰਮੀ ਤਾਂ ਚੱਲ ਰੋਟੀ ਬਣਾ ਲਊਗੀ ਅਤੇ ਆਪਣੇ ਜਾਂਦੇ ਨੂੰ ਵਰਨ ਨੂੰ ਦੇ ਦਊਗੀ ਆਪਾਂ ਚੱਲਦਾ ਫਿਰ ਆਪਣੇ ਬਾਅਦ ਠੀਕ ਆ ਹਾਂ ਬਹੁਤ ਟਾਈਮ ਹੋ ਗਿਆ ਪ੍ਰੈਸ਼ਨ ਸਹੀ ਹੁੰਦੇ ਚਲੀ ਹੈ ਨਾ ਹੁਣ ਤਾਂ ਟਾਈਮ ਹੋ ਗਿਆ ਚਲੀ ਆਪਾਂ ਹੁਣ ਟਾਈਮ ਬਹੁਤ ਹੋ ਗਿਆ ਯਾਰ ਮੈਨੂੰ ਵੈਰਿੰਗ ਨਹੀਂ ਦਿੰਦਾ ਹੋਗੀ ਓਕੇ ਪਹੁੰਚਦੇ ਹਾਂ ਘਰੇ ਆਗਣੇ ਆ ਗਿਆ ਅੱਜ ਫਿਰ ਵਾਹ ਬਾਹਲ ਲੇਟ ਕਰਦਾ ਸ਼ਾਮ 4 ਵਜੇ ਯਾਰ ਹੈ ਨਾ ਅਤੇ ਕਿੰਨੇ ਵਜੇ ਸਵੇਰੇ ਅੱਛਾ ਟਾਈਮ ਬਾਹਲੇ ਲੱਗ ਗਿਆ ਰਸਤੇ 'ਚ ਅੱਛਾ ਅੱਜ ਅਸੀਂ ਵੀ ਸਾਰੇ ਪੈ ਪੈ ਕੇ ਖਰਾਬ ਕੀਤਾ ਸਾਰਾ ਟਾਈਮ ਸਵੇਰੇ ਅੱਜ ਅਸੀਂ ਛੁੱਟੀ ਮਾਰਾਂਗੇ ਸਾਨੂੰ ਤੁਹਾਡਾ ਪਤਾ ਨਹੀਂ ਸੀ ਤੁਸੀਂ ਆਉਣਾ ਨਾ ਤੁਸੀਂ ਚੱਲਣ ਲੱਗੇ ਫੋਨ ਕੀਤਾ ਰੋਟੀ ਖਾ ਲਈ ਹਾਂ ਸਵੇਰ ਦਾ ਸਵੇਰੇ ਇਹੀ ਵੱਟਾ ਸੀ ਧੁੱਪ ਸਵੇਰੇ ਧੁੱਪ ਹੋਣਾ ਨਹੀਂ ਸੀ ਹੁਣ ਦੇਖਣੀ ਧੁੱਪ ਨਿਕਲਾਈ ਪਈ ਆ 4 ਵਜੇ ਕਿਹਨੇ ਧੁੱਪ ਪਈ ਪਈ ਆ